ਇਧਰਲੇ ਪਾਸੇ ਨੇ ਉਹਨੂੰ ਵੀ ਰੱਖ ਲਓ, ਉਹਨੂੰ ਰੱਖ ਲਓ ਪਹਿਲਾਂ। ਸੋ ਇਹ ਨੇ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ। ਇਸ ਹਾਦਸੇ ਦੇ ਵਿੱਚ ਦੋ ਲੋਕ ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਫਟਾਫਟ ਨੇੜੇ ਦੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇੱਕ ਦੀ ਹਾਲਤ ਕਾਫੀ ਗੰਭੀਰ ਸੀ, ਜਿਸ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਟਰੈਕਟਰ ਅਤੇ ਛੋਟੇ ਹਾਥੀ ਦੀ ਭਿਆਨਕ ਟੱਕਰ ਹੋਈ ਹੈ, ਜਿਸ ਦੇ ਵਿੱਚ ਦੋ ਜਾਣੇ ਫੱਟੜ ਹੋਏ ਨੇ। ਲੋਕਾਂ ਨੇ ਭੱਜ ਕੇ ਆ ਕੇ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਜੋ ਲੋਕ ਜ਼ਖਮੀ ਹੋਏ ਨੇ ਉਹ ਛੋਟੇ ਹਾਥੀ ਦੇ ਵਿੱਚ ਸਵਾਰ ਸੀ ਔਰ ਦੋਹਾਂ ਦੀ ਭਿਆਨਕ ਟੱਕਰ ਹੋਈ ਹੈ। ਛੋਟਾ ਹਾਥੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੋਗਾ ਦੇ ਬਾਗਾ ਪੁਰਾਣਾ ਨਿਹਾਲ ਸਿੰਘ ਵਾਲਾ ਰੋਡ ਤੇ ਇਹ ਭਿਆਨਕ ਹਾਦਸਾ ਹੋਇਆ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇੱਕ ਦੀ ਹਾਲਤ ਗੰਭੀਰ ਸੀ, ਉਸਨੂੰ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਤਾਂ ਟਰੈਕਟਰ ਅਤੇ ਛੋਟੇ ਹਾਥੀ ਦੀ ਇਹ ਜ਼ਬਰਦਸਤ ਟੱਕਰ ਹੋਈ ਹੈ। ਭਿਆਨਕ ਐਕਸੀਡੈਂਟ ਹੋਇਆ, ਜਿਸ ਤੋਂ ਬਾਅਦ ਦੋ ਜਾਣੇ ਫੱਟੜ ਹੋਏ ਨੇ। ਇਹ ਉਹੀ ਦੋ ਜਾਣੇ ਨੇ ਜੋ ਛੋਟੇ ਹਾਥੀ ਦੇ ਵਿੱਚ ਬੈਠੇ ਹੋਏ ਸੀ। ਭਿਆਨਕ ਜ਼ਖਮੀ ਹੋਏ ਨੇ, ਖੂਨੋ ਖੂਨ ਹੋਏ ਨੇ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮੋਗਾ ਦੇ ਬਾਗਾ ਪੁਰਾਣਾ ਨਿਹਾਲ ਸਿੰਘ ਵਾਲਾ ਰੋਡ ਤੇ ਇਹ ਦਰਦਨਾਕ ਹਾਦਸਾ ਹੋਇਆ। ਫਿਲਹਾਲ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਇਸ ਮਾਮਲੇ ਦੀ ਹਰ ਪੱਖੋਂ ਜਾਂਚ ਆਰੰਭ ਕਰ ਦਿੱਤੀ। ਸਰ, ਸਾਡੇ ਕੋਲ ਦੋ ਪੇਸ਼ੈਂਟ ਆਏ ਸੀ, ਹਰਜੀਤ ਸਿੰਘ ਤੇ ਵਿਨੋਦ ਰਾਏ, ਤੇ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਆਪਣਾ ਨਿਹਾਲ ਸਿੰਘ ਵਾਲੇ ਰੋਡ ਤੇ ਹੋਇਆ ਸੀਗਾ। ਕੰਡੀਸ਼ਨ ਇੱਕ ਦੀ ਤਾਂ ਸੀਰੀਅਸ ਸੀਗੀ, ਉਹਦਾ ਜਿਹੜਾ ਹਰਜੀਤ ਸਿੰਘ ਸੀ ਉਹਦੀ ਬਾਂਹ ਟੁੱਟੀ ਹੋਈ ਹੈ ਤੇ ਲੱਤ ਦੇ ਫ੍ਰੈਕਚਰ ਹੋਇਆ ਹੈ, ਤੇ ਉਹਨੂੰ ਪ੍ਰਾਈਵੇਟ ਹਸਪੀਟਲ ਲੈ ਗਏ। ਤੇ ਜਿਹੜਾ ਦੂਸਰਾ ਸੀ ਉਹਦੇ ਟਾਂਕੇ ਟੂੰਕੇ ਲਾਤੇ, ਫਸਟ ਐਡ ਦਿੱਤੀ ਸੀ, ਉਹ ਠੀਕ ਸੀਗਾ, ਉਹਦੇ ਕੋਈ ਫ੍ਰੈਕਚਰ ਲੱਗ ਤਾਂ ਨਹੀਂ ਰਿਹਾ ਸੀ। ਬਾਕੀ ਜਿੱਥੇ ਗਏ ਉਹ ਐਕਸਰੇ ਕਰਕੇ ਦੇਖ ਲੈਣਗੇ ਕੀ ਕੰਡੀਸ਼ਨ ਹੁੰਦੀ। ਆਪਣੀ ਮਰਜ਼ੀ ਨਾਲ ਗਏ? ਹਾਂਜੀ, ਆਪਣੀ ਮਰਜ਼ੀ ਨਾਲ। ਉਹਨਾਂ ਸਮਝਾਤਾ ਸੀਗਾ ਕਿ ਸਾਡੇ ਇੱਥੇ ਰਹੋਗੇ, ਕੱਲ੍ਹ ਪਰਸੋਂ ਹੋਊਗਾ ਜੋ ਵੀ ਓਪਰੇਟ ਕਰਨ ਵਾਲਾ ਸਿਸਟਮ ਹੋਊਗਾ। ਉਹ ਕਹਿੰਦੇ ਅਸੀਂ ਛੇਤੀ ਜਾਣਾ। ਮੈਂ ਕਿਹਾ ਫਿਰ ਤੁਸੀਂ ਫਰੀਦਕੋਟ ਲੈ ਜਾਓ। ਕਹਿੰਦੇ ਅਸੀਂ ਪ੍ਰਾਈਵੇਟ ਲੈ ਜਾਂਦੇ, ਉਹ ਪ੍ਰਾਈਵੇਟ ਲੈ ਜਾਂਦੇ। ਓਵਰਆਲ ਉਹਨਾਂ ਦੀ ਕੰਡੀਸ਼ਨ ਖਤਰੇ ਤੋਂ ਬਾਹਰ? ਖਤਰੇ ਤੋਂ ਬਾਹਰ ਹੈ ਹਾਂਜੀ, ਇੱਕ ਦੇ ਤਾਂ ਖਤਰੇ ਤੋਂ ਬਾਹਰ ਹੈ, ਦੂਜਾ ਵੀ ਠੀਕ ਹੈ, ਬਸ ਫ੍ਰੈਕਚਰ ਹੀ ਹੈ, ਕੋਈ ਖਾਸ ਨਹੀਂ। ਉਹ ਦੱਸ ਰਹੇ ਛੋਟਾ ਹਾਥੀ ਦੇ ਉਹ ਟਰਾਲੇ ਟਰੈਕਟਰ ਦਾ ਹੋਇਆ ਸੀ। ਹਾਂਜੀ, ਸੋ ਇਹ ਨੇ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ। ਇਸ ਹਾਦਸੇ ਦੇ ਵਿੱਚ ਦੋ ਲੋਕ ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਫਟਾਫਟ ਨੇੜੇ ਦੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇੱਕ ਦੀ ਹਾਲਤ ਕਾਫੀ ਗੰਭੀਰ ਸੀ, ਜਿਸ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਟਰੈਕਟਰ ਅਤੇ ਛੋਟੇ ਹਾਥੀ ਦੀ ਭਿਆਨਕ ਟੱਕਰ ਹੋਈ ਹੈ, ਜਿਸ ਦੇ ਵਿੱਚ ਦੋ ਜਾਣੇ ਫੱਟੜ ਹੋਏ ਨੇ। ਲੋਕਾਂ ਨੇ ਭੱਜ ਕੇ ਆ ਕੇ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਜੋ ਲੋਕ ਜ਼ਖਮੀ ਹੋਏ ਨੇ ਉਹ ਛੋਟੇ ਹਾਥੀ ਦੇ ਵਿੱਚ ਸਵਾਰ ਸੀ ਔਰ ਦੋਹਾਂ ਦੀ ਭਿਆਨਕ ਟੱਕਰ ਹੋਈ ਹੈ। ਛੋਟਾ ਹਾਥੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੋਗਾ ਦੇ ਬਾਗਾ ਪੁਰਾਣਾ ਨਿਹਾਲ ਸਿੰਘ ਵਾਲਾ ਰੋਡ ਤੇ ਇਹ ਭਿਆਨਕ ਹਾਦਸਾ ਹੋਇਆ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇੱਕ ਦੀ ਹਾਲਤ ਗੰਭੀਰ ਸੀ, ਉਸਨੂੰ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਤਾਂ ਟਰੈਕਟਰ ਅਤੇ ਛੋਟੇ ਹਾਥੀ ਦੀ ਇਹ ਜ਼ਬਰਦਸਤ ਟੱਕਰ ਹੋਈ ਹੈ। ਭਿਆਨਕ ਐਕਸੀਡੈਂਟ ਹੋਇਆ, ਜਿਸ ਤੋਂ ਬਾਅਦ ਦੋ ਜਾਣੇ ਫੱਟੜ ਹੋਏ ਨੇ। ਇਹ ਉਹੀ ਦੋ ਜਾਣੇ ਨੇ ਜੋ ਛੋਟੇ ਹਾਥੀ ਦੇ ਵਿੱਚ ਬੈਠੇ ਹੋਏ ਸੀ। ਭਿਆਨਕ ਜ਼ਖਮੀ ਹੋਏ ਨੇ, ਖੂਨੋ ਖੂਨ ਹੋਏ ਨੇ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ।
ਮੋਗਾ ਦੇ ਬਾਘਾ ਪੁਰਾਣਾ ਨਿਹਾਲ ਸਿੰਘ ਵਾਲਾ ਰੋਡ ਤੇ ਇਹ ਦਰਦਨਾਕ ਹਾਦਸਾ ਹੋਇਆ। ਫਿਲਹਾਲ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਇਸ ਮਾਮਲੇ ਦੀ ਹਰ ਪੱਖੋਂ ਜਾਂਚ ਆਰੰਭ ਕਰ ਦਿੱਤੀ। ਸਰ, ਸਾਡੇ ਕੋਲ ਦੋ ਪੇਸ਼ੈਂਟ ਆਏ ਸੀ, ਹਰਜੀਤ ਸਿੰਘ ਤੇ ਵਿਨੋਦ ਰਾਏ, ਤੇ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਆਪਣਾ ਨਿਹਾਲ ਸਿੰਘ ਵਾਲੇ ਰੋਡ ਤੇ ਹੋਇਆ ਸੀਗਾ। ਕੰਡੀਸ਼ਨ ਇੱਕ ਦੀ ਤਾਂ ਸੀਰੀਅਸ ਸੀਗੀ, ਉਹਦਾ ਜਿਹੜਾ ਹਰਜੀਤ ਸਿੰਘ ਸੀ ਉਹਦੀ ਬਾਂਹ ਟੁੱਟੀ ਹੋਈ ਹੈ ਤੇ ਲੱਤ ਦੇ ਫ੍ਰੈਕਚਰ ਹੋਇਆ ਹੈ, ਤੇ ਉਹਨੂੰ ਪ੍ਰਾਈਵੇਟ ਹਸਪੀਟਲ ਲੈ ਗਏ। ਤੇ ਜਿਹੜਾ ਦੂਸਰਾ ਸੀ ਉਹਦੇ ਟਾਂਕੇ ਟੂੰਕੇ ਲਾਤੇ, ਫਸਟ ਐਡ ਦਿੱਤੀ ਸੀ, ਉਹ ਠੀਕ ਸੀਗਾ, ਉਹਦੇ ਕੋਈ ਫ੍ਰੈਕਚਰ ਲੱਗ ਤਾਂ ਨਹੀਂ ਰਿਹਾ ਸੀ। ਬਾਕੀ ਜਿੱਥੇ ਗਏ ਉਹ ਐਕਸਰੇ ਕਰਕੇ ਦੇਖ ਲੈਣਗੇ ਕੀ ਕੰਡੀਸ਼ਨ ਹੁੰਦੀ। ਆਪਣੀ ਮਰਜ਼ੀ ਨਾਲ ਗਏ? ਹਾਂਜੀ, ਆਪਣੀ ਮਰਜ਼ੀ ਨਾਲ। ਉਹਨਾਂ ਸਮਝਾਤਾ ਸੀਗਾ ਕਿ ਸਾਡੇ ਇੱਥੇ ਰਹੋਗੇ, ਕੱਲ੍ਹ ਪਰਸੋਂ ਹੋਊਗਾ ਜੋ ਵੀ ਓਪਰੇਟ ਕਰਨ ਵਾਲਾ ਸਿਸਟਮ ਹੋਊਗਾ। ਉਹ ਕਹਿੰਦੇ ਅਸੀਂ ਛੇਤੀ ਜਾਣਾ। ਮੈਂ ਕਿਹਾ ਫਿਰ ਤੁਸੀਂ ਫਰੀਦਕੋਟ ਲੈ ਜਾਓ। ਕਹਿੰਦੇ ਅਸੀਂ ਪ੍ਰਾਈਵੇਟ ਲੈ ਜਾਂਦੇ, ਉਹ ਪ੍ਰਾਈਵੇਟ ਲੈ ਜਾਂਦੇ। ਓਵਰਆਲ ਉਹਨਾਂ ਦੀ ਕੰਡੀਸ਼ਨ ਖਤਰੇ ਤੋਂ ਬਾਹਰ? ਖਤਰੇ ਤੋਂ ਬਾਹਰ ਹੈ, ਇੱਕ ਦੇ ਖਤਰੇ ਤੋਂ ਬਾਹਰ ਹੈ, ਦੂਜਾ ਵੀ ਠੀਕ ਹੈ, ਬਸ ਫ੍ਰੈਕਚਰ ਹੀ ਹੈ, ਕੋਈ ਖਾਸ ਨਹੀਂ। ਉਹ ਦੱਸ ਰਹੇ ਛੋਟਾ ਹਾਥੀ ਦੇ ਉਹ ਟਰਾਲੇ ਟਰੈਕਟਰ ਦਾ ਹੋਇਆ ਸੀ। ਹਾਂਜੀ।